बिस्मिल्लाहिर्रहमानिर्रहीम, अस्सलाम वालेकुम। अज आपां बनावांगे बहुत ही ज़बरदस्त जिहा हलवा, जिहड़ा कि बच्चों की ग्रोथ वास्ते बहुत ज़बरदस्त होएगा। इहदे विच कैल्शियम ते प्रोटीन की मकदार काफ़ी ज़्यादा होएगी, लेकिन इहनूं तुसीं बनाना किस तरह वा ते बच्चों नूं इह देना किन्ना का डेली, इहदे वास्ते तुसीं वीडियो नूं फुल वाच करना वा। तुहानूं वीडियो चंगी लगे ते लाइक ते शेयर जरूर करिओ, जे चैनल ते नवें आ ते चैनल नूं सबसक्राइब करके जाइओ जे, नाल बैल आइकन नूं जरूर प्रेस करिओ तां कि आन वाली वीडियोज़ दा नोटिफिकेशन तुहाडे तक आसानी नाल पहुँच सके। ਬਣਾਉਣਾ ਵੀ ਬਹੁਤ ਆਸਾਨ ਹੈ ਅਤੇ ਕੋਈ ਇਹਦੇ ਉੱਤੇ ਬਹੁਤ ਜ਼ਿਆਦਾ ਖਰਚਾ ਨਹੀਂ ਆਉਣ ਵਾਲਾ, ਅਤੇ ਕੋਈ ਇਹ ਵੀ ਨਹੀਂ ਕਿ ਬਹੁਤ ਜ਼ਿਆਦਾ ਚੀਜ਼ਾਂ ਤੁਹਾਨੂੰ ਪਹਿਲੇ ਇਕੱਠੀਆਂ ਕਰਨੀਆਂ ਪੈਣਗੀਆਂ ਕਿ ਫਿਰ ਤੁਸੀਂ ਇਹਨੂੰ ਬਣਾਓਗੇ। ਇਹ ਬੱਚਿਆਂ ਦੀ ਗਰੋਥ ਵਾਸਤੇ ਬਹੁਤ ਹੀ ਜ਼ਬਰਦਸਤ ਚੀਜ਼ ਆ। ਇਹ ਬੱਚਿਆਂ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਮਿਕਦਾਰ ਨੂੰ ਪੂਰਾ ਕਰੇਗਾ, ਇਹਦੇ ਵਿੱਚ ਫਾਸਫੋਰਸ ਵੀ ਕਾਫੀ ਮਿਕਦਾਰ ਵਿੱਚ ਮੌਜੂਦ ਹੁੰਦਾ ਵਾ। ਅਤੇ ਚਲੋ ਦੇਖਦੇ ਹਾਂ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਵਾ। ਲੇਕਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਦੁਬਾਰਾ ਰਿਕੁਐਸਟ ਹੈ ਕਿ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ, ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਬਹੁਤ ਹੀ ਕਮ ਇਨਗਰੀਡੀਐਂਟਸ ਦੇ ਨਾਲ ਇਹ ਬਣ ਕੇ ਤਿਆਰ ਹੋਏਗਾ। ਸਭ ਤੋਂ ਪਹਿਲੇ ਆਪਾਂ ਆਪਣੀ ਜ਼ਰੂਰਤ ਦੇ ਮੁਤਾਬਿਕ ਦੁੱਧ ਲੈ ਲੈਣਾ ਵਾ, ਅਤੇ ਦੁੱਧ ਨੂੰ ਮੈਂ ਸਿਰਕਾ ਪਾ ਕੇ ਫਾੜ ਲਿਆ ਸੀ। ਉਸਨੂੰ ਫਾੜਨ ਤੋਂ ਬਾਅਦ ਉਹਦੇ ਵਿੱਚੋਂ ਜਿਹੜਾ ਪਨੀਰ ਨਿਕਲਿਆ ਵਾ ਉਹਨੂੰ ਆਪਾਂ ਇਸਤੇਮਾਲ ਕਰਾਂਗੇ। ਇਹ ਤੁਸੀਂ ਫਟੇ ਹੋਏ ਦੁੱਧ ਤੋਂ ਵੀ ਗਰਮੀ ਦੇ ਵਿੱਚ ਦੁੱਧ ਖਰਾਬ ਹੋ ਜਾਂਦਾ ਨਾ, ਉਹਦੇ ਵਿੱਚੋਂ ਵੀ ਜਿਹੜਾ ਇਸ ਤਰ੍ਹਾਂ ਦਾ ਪਨੀਰ ਨਿਕਲ ਆਉਂਦਾ ਵਾ, ਅਤੇ ਉਹਦੇ ਨਾਲ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ। ਦੋਨਾਂ ਦਾ ਇੱਕ ਹੀ ਤਕਰੀਬਨ ਫਾਇਦਾ ਹੋਏਗਾ, ਲੇਕਿਨ ਇਹ ਵਾ ਕਿ ਦੁੱਧ ਤੁਹਾਡਾ ਉਹ ਖੱਟਾ ਹੋ ਕੇ ਖਰਾਬ ਨਾ ਹੋਇਆ ਹੋਵੇ। ਬਾਜ਼ ਔਕਾਤ ਹੋ ਜਾਂਦਾ ਵਾ ਕਿ ਗਰਮ ਕਰਨ 'ਚ ਥੋੜ੍ਹਾ ਦੇਰ ਹੋ ਜਾਂਦੀ ਆ ਅਤੇ ਦੁੱਧ ਖਰਾਬ ਹੋ ਜਾਂਦਾ ਵਾ, ਲੇਕਿਨ ਉਹਦਾ ਟੇਸਟ ਖਰਾਬ ਨਹੀਂ ਹੋਇਆ ਹੁੰਦਾ, ਉਹ ਦੁੱਧ ਤੁਸੀਂ ਇਸਤੇਮਾਲ ਕਰ ਸਕਦੇ ਹੋ। ਲੇਕਿਨ ਜੇ ਜ਼ਿਆਦਾ ਪੁਰਾਣਾ ਦੁੱਧ ਖਰਾਬ ਹੋਇਆ ਫਿਰ ਤੁਸੀਂ ਉਹਨੂੰ ਅਵਾਇਡ ਕਰਨਾ, ਫਿਰ ਉਹਨੂੰ ਤੁਸੀਂ ਇਸਤੇਮਾਲ ਨਹੀਂ ਕਰਨਾ। ਪਨੀਰ ਨੂੰ ਆਪਾਂ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਵਾ ਬਰਤਨ ਦੇ ਵਿੱਚ, ਅਤੇ ਹੁਣ ਇਹਦੇ ਵਿੱਚ ਤਕਰੀਬਨ ਅੱਧਾ ਲੀਟਰ ਦੁੱਧ ਇਹਦੇ ਵਿੱਚ ਸ਼ਾਮਿਲ ਕਰਾਂਗੇ ਤਾਂ ਕਿ ਇਹਨੂੰ ਉਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਨਰਮ ਕਰ ਲਈਏ, ਕਿਉਂਕਿ ਆਪਾਂ ਇਹਦੀ ਭੁਨਾਈ ਕਰਨੀ ਹੈ ਅੱਛੇ ਤਰੀਕੇ ਦੇ ਨਾਲ। ਦੁੱਧ ਨੂੰ ਪਨੀਰ ਦੇ ਵਿੱਚ ਆਪਾਂ ਸ਼ਾਮਿਲ ਕਰ ਦਿੱਤਾ ਵਾ, ਅਤੇ ਇਹਨੂੰ ਹੁਣ ਮਿਕਸ ਕਰਾਂਗੇ ਥੋੜ੍ਹਾ ਜਿਹਾ। ਥੋੜ੍ਹਾ ਜਿਹਾ ਇਹਨੂੰ ਸੌਫਟ ਕਰਨ ਵਾਸਤੇ ਆਪਾਂ ਇਹਦੇ ਵਿੱਚ ਦੁੱਧ ਸ਼ਾਮਿਲ ਕੀਤਾ ਵਾ, ਕਿਉਂਕਿ ਜੇ ਉਹਨੂੰ ਉਸ ਤਰ੍ਹਾਂ ਹੀ ਆਪਾਂ ਇਹਨੂੰ ਤੁਸੀਂ ਇਹਨੂੰ ਭੁੰਨਣਾ ਸ਼ੁਰੂ ਕਰ ਦਿੰਦੇ ਤਾਂ ਇਹਨੇ ਸਖਤ ਹੋ ਜਾਣਾ ਸੀਗਾ, ਅਤੇ ਜਿਹੜਾ ਕਿ ਬਾਅਦ ਵਿੱਚ ਫਿਰ ਬੱਚਿਆਂ ਨੂੰ ਖਾਣਾ ਮੁਸ਼ਕਿਲ ਹੋ ਜਾਂਦਾ ਵਾ। ਥੋੜ੍ਹਾ ਜਿਹਾ ਇਹਨੂੰ ਮੂੰਹ 'ਚ ਘੁਲ ਜਾਣ ਵਾਲਾ ਹੀ ਬਣਾਉਣਾ ਵਾ ਕਿ ਨਰਮ ਨਰਮ ਜਿਹਾ ਹੋਵੇ, ਸੌਫਟ ਜਿਹਾ ਹੋਵੇ, ਜ਼ਿਆਦਾ ਸਖਤ ਨਾ ਹੋਵੇ। ਦੁੱਧ ਖੁਸ਼ਕ ਹੋ ਗਿਆ ਵਾ, ਅਤੇ ਹੁਣ ਇਹਦੇ ਵਿੱਚ 1 ਕੱਪ ਮੈਂ ਚੀਨੀ ਦਾ ਸ਼ਾਮਿਲ ਕਰ ਦਿੱਤਾ ਵਾ, ਅਤੇ ਇਹਨੂੰ ਵੀ ਅੱਛੇ ਤਰੀਕੇ ਨਾਲ ਪਕਾਵਾਂਗੇ। ਚੀਨੀ ਦਾ ਪਾਣੀ ਖੁਸ਼ਕ ਹੋ ਜਾਏਗਾ, ਉਨੀ ਦੇਰ ਤੱਕ ਆਪਾਂ ਇਹਦੀ ਭੁਨਾਈ ਕਰਨੀ ਆ। ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ, ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਅਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ ਅਤੇ ਸ਼ੇਅਰ ਕਰੋ। ਅਤੇ ਇਹ ਦੇਖੋ ਮਾਸ਼ਾਅੱਲਾ, ਸਾਰਾ ਪਾਣੀ ਚੀਨੀ ਦਾ ਵੀ ਖੁਸ਼ਕ ਹੋ ਗਿਆ ਵਾ, ਅਤੇ ਇਹ ਦੇਖੋ ਪਨੀਰ ਵੀ ਆਪਣਾ ਅੱਛੇ ਤਰੀਕੇ ਦੇ ਨਾਲ ਭੁੰਨ ਹੋ ਗਿਆ ਵਾ। ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਦੇਸੀ ਘੀ ਸ਼ਾਮਿਲ ਕਰਾਂਗੇ, ਬਸ ਥੋੜ੍ਹਾ ਜਿਹਾ ਸ਼ਾਮਿਲ ਕਰਨਾ ਵਾ, ਤੁਸੀਂ ਬਹੁਤ ਜ਼ਿਆਦਾ ਦੇਸੀ ਘੀ ਸ਼ਾਮਿਲ ਨਹੀਂ ਕਰਨਾ ਇਹਦੇ ਵਿੱਚ। ਅਤੇ ਇਸ ਘੀ ਦੇ ਨਾਲ ਇਹਨੂੰ 1 ਤੋਂ 1.5 ਮਿੰਟ ਵਾਸਤੇ ਤੁਸੀਂ ਬਸ ਇਹਨੂੰ ਦਮ ਵਾਲੇ ਫਲੇਮ 'ਤੇ ਇਹਨੂੰ ਪਕਾ ਲੈਣਾ ਵਾ, ਅਤੇ ਉਸ ਤੋਂ ਬਾਅਦ ਇਹਨੂੰ ਆਪਾਂ ਡਿਸ਼ ਆਊਟ ਕਰਾਂਗੇ। ਇਹ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਦੇਣਾ ਕਿੰਨਾ ਕੁ ਵਾ, ਇਹ ਸਿਰਫ 2 ਤੋਂ 3 ਚਮਚ ਤੁਸੀਂ ਡੇਲੀ ਦੇ ਬੱਚਿਆਂ ਨੂੰ ਦੇਣੇ ਆ, ਇਸ ਤੋਂ ਜ਼ਿਆਦਾ ਇਹ ਨਹੀਂ ਦੇਣਾ, ਕਿਉਂਕਿ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਹੈ। ਬੱਚਿਆਂ ਦੀ ਜਿਹੜੀਆਂ ਪੱਠਿਆਂ ਨੂੰ ਤਾਕਤ ਦੇਗਾ, ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਜਿਹੜੇ ਬੱਚੇ ਦੀਆਂ ਹੱਡੀਆਂ ਕਮਜ਼ੋਰ ਨੇ ਜਾਂ ਉਹਨਾਂ ਦਾ ਕੱਦ ਨਹੀਂ ਬਣ ਰਿਹਾ, ਉਹਨਾਂ ਵਾਸਤੇ ਵੀ ਇਹ ਬੜੀ ਜ਼ਬਰਦਸਤ ਚੀਜ਼ ਆ। ਤੁਸੀਂ ਜ਼ਰੂਰ ਇਹਨੂੰ ਟਰਾਈ ਕਰਿਆ ਜੇ, ਅਤੇ ਇਹ ਬੱਚਿਆਂ ਨੂੰ ਮਜ਼ੇ ਦਾ ਵੀ ਬਹੁਤ ਲੱਗਦਾ ਵਾ, ਬਹੁਤ ਹੀ ਮਜ਼ੇ ਦਾ ਬਣਦਾ ਵਾ, ਅਤੇ ਬੱਚੇ ਵੱਡੇ ਸਾਰੇ ਇਹਨੂੰ ਖਾ ਸਕਦੇ ਆ। ਘਰ ਦੇ ਵਿੱਚ ਬਜ਼ੁਰਗਾਂ ਨੂੰ ਵੀ ਤੁਸੀਂ ਇਹ ਬਣਾ ਕੇ ਦੇ ਸਕਦੇ ਹੋ। ਅਤੇ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਹੀ ਜ਼ਬਰਦਸਤ ਆ।
ਦੁੱਧ ਦਾ ਹਲਵਾ ਆਪਣਾ ਤਿਆਰ ਹੋ ਗਿਆ ਵਾ। ਆਪਾਂ ਇਹਨੂੰ ਸਿਰਫ ਦੁੱਧ ਅਤੇ ਚੀਨੀ ਦੇ ਨਾਲ ਬਣਾਇਆ, ਹੋਰ ਕੋਈ ਚੀਜ਼ ਇਹਦੇ ਵਿੱਚ ਸ਼ਾਮਿਲ ਨਹੀਂ ਕੀਤੀ। ਡਰਾਈ ਫਰੂਟਸ ਤੁਹਾਡੀ ਆਪਣੀ ਮਰਜ਼ੀ ਆ, ਆਪਸ਼ਨਲ ਨੇ, ਤੁਸੀਂ ਇਹਦੇ ਵਿੱਚ ਐਡ ਕਰਨਾ ਚਾਹੋ ਕਰ ਲਓ, ਨਹੀਂ ਐਡ ਕਰਨਾ ਚਾਹੋ ਤਾਂ ਨਹੀਂ ਕਰੋ। ਮੈਂ ਬਾਅਦ ਵਿੱਚ ਥੋੜ੍ਹੇ ਜਿਹੇ ਪਿਸਤੇ ਦੇ ਨਾਲ ਇਹਨੂੰ ਦੇਖੋ ਗਾਰਨਿਸ਼ ਕਰ ਦਿੱਤਾ ਵਾ, ਅਤੇ ਮਜ਼ੇਦਾਰ ਜਿਹਾ ਦੁੱਧ ਦਾ ਹਲਵਾ ਆਪਣਾ ਤਿਆਰ ਹੋ ਗਿਆ ਵਾ। ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ, ਚੈਨਲ 'ਤੇ ਨਵਿਆਂ 'ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਜੇ। ਛੋਟੇ ਚੈਨਲ ਵਾਲਿਆਂ ਨੂੰ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੁੰਦੀ ਆ, ਅਤੇ ਕਾਇੰਡਲੀ ਇਸ ਚੀਜ਼ ਦਾ ਖਿਆਲ ਰੱਖਿਆ ਕਰੋ। ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ, ਛੋਟੀ ਜਿਹੀ ਵੀਡੀਓ ਹੁੰਦੀ ਆ, ਕੁਛ ਵੀਡੀਓਜ਼ ਵੱਡੀਆਂ ਵੀ ਹੁੰਦੀਆਂ ਵਾ, ਅਤੇ ਬਸ ਇਸ ਲਈ ਤੁਸੀਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਅੱਲਾ ਹਾਫਿਜ਼।